ਕੋਈ ਪ੍ਰਵਾਸੀ ਪੰਜਾਬੀ ਫਰਜ਼ ਕਰੋ ਤੁਹਾਡੇ ਮੰਤਰਾਲੇ ਦੇ ਰਾਹੀਂ ਕੋਈ ਇਨਵੈਸਟ ਕਰਕੇ ਸੜਕਾਂ ਬਣਾਉਣਾ ਚਾਹੁੰਦਾ, ਠੇਕੇ ਲੈਣਾ ਚਾਹੁੰਦਾ? ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਬੜੀ ਖੁਸ਼ੀ ਹੋਊਗੀ ਇਸ ਗੱਲ ਦੀ ਵੀ ਸਾਡੇ ਬਾਹਰੋਂ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹ ਆ ਕੇ ਜਿਹੜੀਆਂ ਸਾਡੀਆਂ ਸੜਕਾਂ ਬਣਾਉਣ, ਕਿਉਂਕਿ ਸਾਨੂੰ ਆਸ ਹੁੰਦੀ ਹੈ ਵੀ ਕੋਈ ਨਵੀਂ ਟੈਕਨੋਲੋਜੀ ਨਵੀਂ ਟੈਕਨੀਕਸ ਉੱਥੋਂ ਲੈ ਕੇ ਆਉਣਗੇ ਜਿਹਦੇ ਨਾਲ ਸੂਬੇ ਦਾ ਫਾਇਦਾ ਹੋਏ, ਅਤੇ ਕੋਈ ਵੀ ਐਸਾ ਚਾਹੁੰਦਾ ਤਾਂ ਇਜ਼ ਆਲਵੇਜ਼ ਵੈਲਕਮ। ਲਓ ਜੀ, ਇਹ ਨੇ ਸਾਡੇ ਕੋਲ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਜੋ ਕਿ ਹਲਕਾ ਸੁਨਾਮ ਤੋਂ 26 ਸਾਲ ਦੀ ਉਮਰ ਦੇ ਵਿੱਚ ਵਿਧਾਇਕ ਚੁਣੇ ਗਏ ਅਤੇ ਅੱਜ ਇਹਨਾਂ ਨੂੰ ਤਕਰੀਬਨ 8 ਕੁ ਸਾਲ ਹੋ ਗਏ ਨੇ ਅਤੇ 3 ਚੋਣਾਂ ਇਹ ਜਿੱਤ ਚੁੱਕੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਪੇਸ਼ ਹੋ ਰਹੇ ਨੇ। ਕਿ ਇਹ ਉਹ ਮੰਤਰਾਲਾ ਤੁਸੀਂ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਹੋ ਜਿਹੜਾ ਕਿ ਤੁਸੀਂ ਚਾਹੁੰਦੇ ਸੀ, ਤੁਹਾਡੀ ਪਸੰਦ ਦਾ ਮੰਤਰਾਲਾ? ਦੇਖੋ, ਇਹ 'ਚ ਪਸੰਦ ਦੀ ਗੱਲ ਹੁੰਦੀ, ਵੈਸੇ ਤਾਂ ਸਾਡੀ ਇਸ ਤੋਂ ਮੈਂ ਸਮਝਦਾ ਵੀ ਵੱਡਾ ਸਾਡਾ ਮਾਣ ਨਹੀਂ ਹੋ ਸਕਦਾ ਵੀ ਇੰਨਾ ਅਹਿਮ ਮਹਿਕਮਾ ਅਤੇ ਯੋਗ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਮਝਿਆ ਅਤੇ ਮੇਰੀ ਕਾਬਲੀਅਤ ਤੋਂ ਵੱਧ ਇੰਪੋਰਟੈਂਸ ਜਿਹੜਾ ਮਹਿਕਮਾ ਮੈਨੂੰ ਦਿੱਤਾ, ਅਤੇ ਮੈਂ ਸਮਝਦਾ ਵੀ ਇਸੇ 'ਚ ਇਸ ਤੋਂ ਵੱਡੀ ਤਾਂ ਕੋਈ ਬੰਦੇ ਦੀ ਖੁਸ਼ੀ ਹੋ ਹੀ ਨਹੀਂ ਸਕਦੀ ਵੀ ਐਡਾ ਇੰਪੋਰਟੈਂਟ ਜਿਹੜਾ ਤੁਹਾਨੂੰ ਮਹਿਕਮੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ। ਸੋ ਮੈਂ ਸਮਝਦਾ ਮੇਰੀ ਆਸ ਨਾਲੋਂ ਵੀ ਵੱਧ ਜਿਹੜਾ ਇੰਪੋਰਟੈਂਟ ਮੈਨੂੰ ਜਿਹੜਾ ਮਹਿਕਮਾ ਦਿੱਤਾ ਬਾਦ ਸਾਹਿਬ। ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਤੁਸੀਂ ਕਾਬਲ ਸਪੁੱਤਰ ਹੋ, ਕੀ ਲੱਗਦਾ ਕਿ ਲਗਾਤਾਰ ਤੁਸੀਂ ਚੋਣਾਂ ਜਿੱਤ ਰਹੇ ਹੋ, ਰਾਜਨੀਤਿਕ ਖੇਤਰ ਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਰਹੇ ਹੋ, ਕੈਬਨਿਟ ਮੰਤਰੀ ਹੋ ਛੋਟੀ ਉਮਰ ਦੇ ਵਿੱਚ, ਸੋ ਤੁਹਾਡੇ ਪਿਤਾ ਜੀ ਦਾ ਕਾਫੀ ਇਹਦੇ ਵਿੱਚ ਹੱਥ ਹੈ ਕਿ ਤੁਹਾਡੀ ਆਪਣੀ ਯੋਗਤਾ? ਦੇਖੋ, ਜੇ ਇਸ ਗੱਲ 'ਚ ਕੋਈ ਦੋ ਰਾਏ ਨੇ ਵੀ ਢੀਂਡਸਾ ਸਾਹਿਬ ਦਾ ਵੀ ਹੱਥ ਹੈਗਾ, ਕਿਉਂਕਿ ਜਦ ਮੈਂ ਪੋਲੀਟਿਕਸ 'ਚ ਆਇਆ ਤਾਂ ਉਹਨਾਂ ਦਾ ਨਾਂ ਦੇ ਨਾਲ ਮੈਂ ਸਿਆਸਤ ਸ਼ੁਰੂ ਕੀਤੀ ਹੈ। ਜੋ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਉਹ ਵੀ ਉਹਨਾਂ ਦੀ ਸ਼ਖਸੀਅਤ ਕਰਕੇ ਜਾਂ ਉਹਨਾਂ ਦੇ ਪਿਛਲੇ ਕੀਤੇ ਕੰਮਾਂ ਕਰਕੇ। ਪਰ ਇਹ ਹੈਗਾ ਵੀ ਮੈਂ ਸਮਝਦਾ ਵੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਇੱਕ ਵਾਰੀ ਬੰਦਾ ਜਿਹੜਾ ਹੈ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਸਿਆਸਤ ਜਾ ਸਕਦਾ, ਪਰ ਉਸ ਤੋਂ ਅੱਗੇ ਜਿਹੜਾ ਹੈ ਅੱਗੇ ਵਧਣਾ ਉਹਦੇ ਵਾਸਤੇ ਬੰਦੇ ਨੂੰ ਆਪ ਮਿਹਨਤ ਕਰਨੀ, ਆਪ ਜਿਹੜਾ ਹੈ ਥੋੜ੍ਹੀ ਮੋਟੀ ਆਪਦੀ ਕਾਬਲੀਅਤ ਦਿਖਾਉਣੀ ਜਿਹੜੀ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਆਖਿਰ ਲੋਕ ਰਾਜ ਹੈ। ਲੋਕ ਇੱਕ ਵਾਰ ਤਾਂ ਤੁਸੀਂ ਕਿਸੇ ਨਾਂ 'ਤੇ ਵੋਟ ਲੈ ਸਕਦੇ ਹੋ, ਦੂਸਰੀ ਵਾਰ ਤਾਂ ਆਪਦੀ ਕਾਬਲੀਅਤ ਦੇ ਬੇਸ 'ਤੇ ਤੁਹਾਨੂੰ ਲੋਕਾਂ ਨੂੰ ਜਾਣਾ ਪੈਂਦਾ। ਅਤੇ ਪਰ ਇਹ ਗੱਲ ਜ਼ਰੂਰ ਹੈ ਵੀ ਉਹਨਾਂ ਦੇ ਨਾਂ ਦੇ ਨਾਲ ਬੜੀ ਮੈਨੂੰ ਇਹਦੇ ਨਾਲ ਮਦਦ ਮਿਲੀ ਹੈ ਅਤੇ ਮੈਨੂੰ ਕਾਫੀ ਜਿਹੜੇ ਕੰਮ ਨੇ ਆਸਾਨ ਹੋਏ ਨੇ, ਇਹਦੇ 'ਚ ਕੋਈ ਦੋ ਰਾਏ। ਅਤੇ ਫਿਰ ਜਿਸ ਤਰ੍ਹਾਂ ਕਿ ਹੁਣ ਕਿਹਾ ਜਾਂਦਾ ਜੀ, ਅਕਸਰ ਲੋਕ ਮਹਿਸੂਸ ਕਰਦੇ ਆ ਕਿ ਫਿਲਮ ਐਕਟਰਾਂ ਦੇ ਬੇਟੇ ਬੇਟੀਆਂ ਫਿਲਮ ਐਕਟਰ ਬਣ ਰਹੇ ਨੇ, ਰਾਜਨੀਤਿਕਾਂ ਦੇ ਬੇਟੇ ਬੇਟੀਆਂ ਰਾਜਨੀਤੀ 'ਚ ਆ ਰਹੇ ਨੇ, ਸੋ ਆਮ ਵਿਅਕਤੀ ਜੋ ਹੈ ਰਾਜਨੀਤੀ ਦੇ ਵਿੱਚ ਉਹਦਾ ਪੈਰ ਧਰਨਾ ਅਸੰਭਵ ਹੀ ਲੱਗਦਾ? ਨਹੀਂ, ਅਸੰਭਵ ਨਹੀਂ ਜੀ। ਮੈਂ ਤੁਹਾਨੂੰ ਆਪਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਵੀ ਮੈਂ ਤੁਹਾਨੂੰ ਬਿਲਕੁਲ ਸੱਚੇ ਦਿਲੋਂ ਕਹਿ ਰਿਹਾ, ਮੇਰਾ ਕਦੇ ਮਨ 'ਚ ਮਨਸ਼ਾ ਵੀ ਨਹੀਂ ਸੀ ਵੀ ਮੈਂ ਐਡੀ ਇਸ ਜਾਂ ਛੋਟੀ ਏਜ 'ਚ ਮੈਂ ਸਿਆਸਤ ਜਾਵਾਂ। ਅੱਛਾ, ਉਹਦਾ ਕਾਰਨ ਕੀ ਬਣਿਆ ਵੀ ਢੀਂਡਸਾ ਸਾਹਿਬ ਸੈਂਟਰ ਸੀਗੇ MP ਅਤੇ ਸਾਡੇ ਸੁਨਾਮ ਦੀ ਜਿਹੜੀ ਬਾਈ ਇਲੈਕਸ਼ਨ ਸੀ ਉਹ ਆਈ, ਉਹਦੇ ਵਾਸਤੇ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਨੂੰ ਇੰਨਾ ਵੀ ਕਿਹਾ ਵੀ ਤੁਸੀਂ ਜਿਹਨੂੰ ਤੁਸੀਂ ਯੋਗ ਸਮਝਦੇ ਹੋ ਤੁਸੀਂ ਉਹਨੂੰ ਲੜਾਓ, ਅਤੇ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਆਪਦੇ ਮੇਰਾ ਨਾਂ ਲੈ ਕੇ ਵੀ ਉਹਨਾਂ ਨੂੰ ਤੁਸੀਂ ਲੜਾਓ ਵੀ ਜ਼ਰੂਰੀ ਹੈ, ਅਤੇ ਮੈਨੂੰ ਢੀਂਡਸਾ ਸਾਹਿਬ ਨੇ ਕਿਹਾ। ਸੋ ਇਸ ਕਰਕੇ ਮੇਰੀ ਕੋਈ ਐਸੀ ਨਹੀਂ ਸੀ ਖੁਆਇਸ਼ ਮੈਂ ਇੱਕਦਮ ਰਾਜਨੀਤੀ 'ਚ ਆਵਾਂ, ਮਤਲਬ ਅਚਾਨਕ ਹੀ ਐਸਾ ਇੱਕ ਮਾਹੌਲ ਬਣ ਗਿਆ ਵੀ ਸਾਡੇ ਉੱਥੋਂ ਲੋਕਲ ਕਾਂਗਰਸ ਦੇ ਜਿਹੜੇ MLA ਸੀ ਉਹਨਾਂ ਦੀ ਡੈਥ ਹੋਣ ਕਰਕੇ ਅਤੇ ਮੈਨੂੰ ਜਿਹੜੀ ਹੈ ਬਾਈ ਇਲੈਕਸ਼ਨ ਲੜਨੀ ਪਈ। ਸੋ ਇਟ ਇਜ਼ ਮੈਂ ਸਮਝਦਾ ਵੀ ਕੁਛ ਕਾਰਨ ਕੁਛ ਐਸਾ ਮਾਹੌਲ ਬਣਨ ਕਰਕੇ ਜਿਹੜਾ ਮੈਨੂੰ ਰਾਜਨੀਤੀ 'ਚ ਆਉਣ ਦਾ ਮੌਕਾ ਮਿਲਿਆ। ਪਰ ਹਾਂ, ਇਹਦੇ ਵਿੱਚ ਮੈਂ ਤੁਹਾਡੀ ਗੱਲ 'ਚ ਇਸ 'ਚ ਵੀ ਦੋ ਰਾਏ ਨਹੀਂ ਕਹੂੰਗਾ, ਹਾਂ ਵੀ ਢੀਂਡਸਾ ਸਾਹਿਬ ਦੇ ਨਾਲ ਜੁੜੇ ਹੋਣ ਕਰਕੇ ਜਿਹੜਾ ਮੈਨੂੰ ਇੰਨੀ ਛੋਟੀ ਉਮਰ 'ਚ ਮੌਕਾ ਮਿਲਿਆ, ਇਹ 'ਚ ਕੋਈ ਦੋ ਰਾਏ। ਦੇਖੋ, ਹੁਣ ਜਦੋਂ ਕਿ ਆਪਾਂ ਕਹਿੰਦੇ ਹਾਂ ਕਿ ਨੌਜਵਾਨ ਨਸ਼ਿਆਂ 'ਚ ਗੁਲਤਾਨ ਹੋ ਰਹੇ ਨੇ, ਨੌਜਵਾਨ ਨਿਰਾਸ਼ਾ ਦੇ ਮਾਹੌਲ ਦਾ ਸ਼ਿਕਾਰ ਨੇ, ਹੈ ਜੀ, ਪੰਜਾਬ ਤੋਂ ਭੱਜ ਰਹੇ ਨੇ, ਕਿਤੇ ਨੌਕਰੀ ਨਹੀਂ ਮਿਲ ਰਹੀ, ਸੋ ਅਜਿਹੇ ਵਿੱਚ ਤੁਹਾਡੇ ਵਰਗੇ ਨੌਜਵਾਨ ਹੈ ਜੀ, ਲਗਾਤਾਰ 3 ਵਾਰ ਚੋਣ ਜਿੱਤਣਾ, ਵਿਧਾਇਕ ਬਣਨਾ, ਸੋ ਇਹ ਆਪਣੇ ਆਪ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਕਿੰਨਾ ਕੁ ਸਮਰਪਣ ਅਤੇ ਕਿੰਨੇ ਕੁ ਤਿਆਗ ਦੀ ਇਹਦੇ ਵਿੱਚ ਲੋੜ ਹੈ? ਦੇਖੋ, ਜਿਹੜੀ ਸਿਆਸਤ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਤੁਹਾਨੂੰ ਜਿਹੜੀ ਹੈ ਫੈਮਿਲੀ ਲਾਈਫ ਦੀ ਮੈਂ ਸਮਝਦਾ ਵੀ ਥੋੜ੍ਹਾ ਜਿਹਾ ਮਹਿਸੂਸ ਤੁਹਾਨੂੰ ਕਮ ਟਾਈਮ ਘੱਟ ਦੀ ਮਹਿਸੂਸ ਹੁੰਦੀ ਹੈ, ਕਿਉਂਕਿ ਫੈਮਿਲੀ ਵੀ ਤੁਹਾਡੀ ਐਕਸਪੈਕਟ ਕਰਦੀ ਹੈ, ਖਾਸ ਤੌਰ 'ਤੇ ਇਸੇ 'ਚ ਵੀ ਟਾਈਮ ਡਿਵੋਟ ਕਰੋ, ਤੁਹਾਡੇ ਬੱਚੇ ਵੀ ਐਕਸਪੈਕਟ ਕਰਦੇ ਨੇ। ਪਰ ਦੂਸਰੇ ਪਾਸੇ ਤੁਹਾਡੀਆਂ ਸਿਆਸੀ ਮਜਬੂਰੀਆਂ, ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਉਹ ਐਸੀਆਂ ਹੋ ਜਾਂਦੀਆਂ ਵੀ ਤੁਸੀਂ ਉਹਨਾਂ ਪੂਰਾ ਜਿਹੜਾ ਕੰਪਲੀਟ। ਸੋ ਇਹਦੇ ਵਿੱਚ ਇਹ ਜ਼ਰੂਰ ਮੈਂ ਮਹਿਸੂਸ ਕਰਦਾ ਵੀ ਜਿੰਨਾ
ਤੁਹਾਡੇ ਤੋਂ ਤੁਹਾਡੀ ਫੈਮਿਲੀ ਟਾਈਮ ਐਕਸਪੈਕਟ ਕਰਦੀ ਹੈ, ਤੁਸੀਂ ਕਈ ਵਾਰ ਉਹਨੂੰ ਨਹੀਂ ਦੇ ਸਕਦੇ। ਅਤੇ ਇਹਦੇ ਵਿੱਚ ਕੋਈ ਸਿਆਸਤਦਾਨ ਵੀ ਨਹੀਂ ਚਾਹੁੰਦਾ ਵੀ ਉਹ ਇਗਨੋਰ ਕਰੇ, ਬਟ ਕੁਛ ਕਾਰਨ ਐਸੇ ਬਣ ਜਾਂਦੇ ਨੇ। ਸੋ ਇਸ ਇਹੀਆਂ ਜਿਹੀਆਂ ਚੀਜ਼ਾਂ ਜ਼ਰੂਰ ਨੇ। ਅਤੇ ਬਾਕੀ ਟਾਈਮ ਕੋਈ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰੋ ਦੂ ਰਾਤ ਨੂੰ ਤੁਹਾਨੂੰ 12 ਵੱਜ ਜਾਣ, ਤੁਹਾਨੂੰ ਸਵੇਰੇ 6 ਵਜੇ ਤੋਂ ਘਰੋਂ ਨਿਕਲਣਾ ਪਵੇ। ਸੋ ਐਸੀਆਂ ਜਿਹੜੀਆਂ ਜਿਹੜਾ ਇੱਕ ਮੈਂ ਸਮਝਦਾ ਵੀ ਆਸਾਨ ਕੀਤਾ ਨਹੀਂ ਹੈ, ਪਰ ਫਿਰ ਵੀ ਕਿਉਂਕਿ ਇਹਦੇ ਨਾਲ ਐਡਾ ਵੱਡਾ ਸਤਿਕਾਰ ਮਾਣ ਜੁੜਿਆ ਹੋਇਆ, ਸੋ ਇਹਦੇ ਲਈ ਜਿਹੜਾ ਤੁਹਾਨੂੰ ਉਹੀ ਜਿਹੜਾ ਹੌਸਲਾ ਹੈ ਉਹ ਤੋਰੀ ਫਿਰਦਾ ਹੈਗਾ ਵੀ ਹਾਂਜੀ। ਲੋਕ ਮਹਿਸੂਸ, ਤੁਸੀਂ ਕਿਹਾ ਜੀ ਕਿ ਆਸਾਨ ਕੀਤਾ ਨਹੀਂ, ਲੋਕ ਮਹਿਸੂਸ ਕਰਦੇ ਆ ਕਿ ਵਾਅਦੇ ਬਹੁਤ ਕਰਦੇ ਆ, ਕੰਮ ਘੱਟ ਕਰਦੇ ਆ, ਗੱਲਾਂ ਜ਼ਿਆਦੀਆਂ ਕਰਦੇ ਆ, ਸੋ ਅਮਲ ਦੇ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ, ਕੀ ਕਹਿਣਾ ਚਾਹੋਗੇ? ਨਹੀਂ ਐਸੀ ਗੱਲ ਨਹੀਂ ਜੀ, ਦੇਖੋ ਇਹਦੇ ਵਿੱਚ ਮੈਂ ਤਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਇਤਿਹਾਸ ਬਾਰੇ ਕਹਿ ਸਕਦਾ ਵੀ 97 ਵਿੱਚ ਵੀ ਅੱਛਾ ਜਿਹੜੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵਾਅਦੇ ਕੀਤੇ ਸੀ ਜਿਹੜੇ ਮੁੱਖ ਤੌਰ 'ਤੇ, ਉਹ ਤਕਰੀਬਨ ਸਾਰੇ ਦੇ ਸਾਰੇ ਪੂਰੇ ਕੀਤੇ। ਭਾਵੇਂ ਉਹਦੇ ਵਿੱਚ ਸਾਡੇ ਕਈ ਵਾਰ ਲੋਕ ਕਹਿੰਦੇ ਜੀ ਦੇਖੋ ਖਜ਼ਾਨੇ ਦਾ ਬੁਰਾ ਹਾਲ ਹੋ ਗਿਆ ਜੀ, ਹੋ ਗਿਆ, ਪਰ ਆਪਦੇ ਕੀਤੇ ਵਾਅਦੇ ਜਿਹੜੇ ਨਿਭਾਏ ਅੱਛਾ, ਪਰ ਖਜ਼ਾਨੇ ਨੂੰ ਵੀ ਬਰਕਰਾਰ ਰੱਖਿਆ। ਮਤਲਬ ਉਸ ਸਮੇਂ ਕੋਈ ਪੰਜਾਬ ਦੇ ਖਜ਼ਾਨੇ ਦਾ ਇੰਨੀ ਮਾੜਾ ਹਾਲ ਨਹੀਂ ਸੀ। ਅਤੇ ਐਸੀ ਗੱਲ ਨਹੀਂ ਹੈ ਵੀ ਹਾਂ ਇਹ ਹੋ ਸਕਦਾ ਵੀ 100% ਵਾਅਦੇ ਪੂਰੇ ਕਰਨੇ, ਤਾਂ ਮੈਂ ਸਮਝਦਾ ਵੀ ਇੱਕ ਪਰਿਵਾਰ ਦੇ ਮੁਖੀ ਵਾਸਤੇ ਵੀ ਸੰਭਵ ਨਹੀਂ ਹੁੰਦੇ। ਅੱਛਾ ਜੀ। ਸੋ ਉਹ ਚੀਜ਼ਾਂ ਨੂੰ ਕਈ ਵਾਰੀ ਜ਼ਿਆਦਾ ਵਧਾ ਕੇ ਪੇਸ਼ ਕਰਤਾ ਜਾਂਦਾ ਵੀ ਫਲਾਣਾ ਵਾਅਦਾ ਨਹੀਂ ਪੂਰਾ ਫਲਾਣਾ, ਪਰ ਮੈਂ ਸਮਝਦਾ ਵੀ ਮੋਸਟਲੀ ਜਿੰਨਾ ਕੁ ਮੈਂ ਆਪਦੀ ਜਿਹਨੂੰ ਦੇਖਿਆ ਵੀ 70-80% ਜਿਹੜੇ ਵਾਅਦੇ ਨੇ ਉਹ ਆਮ ਤੌਰ 'ਤੇ ਸਿਆਸਤਦਾਨ ਕੋਸ਼ਿਸ਼ ਕਰਦਾ ਵੀ ਉਹਨੂੰ ਅਸੀਂ ਪੂਰੇ ਕਰੀਏ। ਅੱਛਾ। ਪਰ ਇਹ ਵੀ ਜੇ ਨਿੱਜੀ ਵਾਅਦੇ ਕਈ ਵਾਰੀ ਨਹੀਂ ਜਿਹੜੇ ਵਿਕਾਸ ਪ੍ਰਤੀ ਤੱਕ ਕਰਦੇ ਨੇ, ਕਈ ਵਾਰ ਨਿੱਜੀ, ਕਈ ਵਾਰ ਹੋ ਜਾਂਦਾ ਵੀ ਕੋਈ ਵਿਅਕਤੀ ਆਸ ਕਰਦਾ ਵੀ ਸਾਡੇ ਬੱਚੇ ਨੂੰ ਨੌਕਰੀ ਮਿਲੇ। ਆਪਾਂ ਕਈ ਵਾਰ ਬੜਾ ਫਰੈਂਕ ਜੀ ਆਪਣੀ ਇਹ ਡਿਸਕਸ਼ਨ ਹੈਗੀ ਹੈ, ਅਸੀਂ ਕਈ ਵਾਰ ਕਹਿ ਦਿੰਦੇ ਹਾਂ ਹਾਂਜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਰਕਾਰ ਬਣੇ ਤਾਂ ਨੌਕਰੀ ਮਿਲੇ, ਪਰ ਕਈ ਕਾਰਨ ਐਸੇ ਬਣ ਜਾਂਦੇ ਨੇ ਉਸ ਸਮੇਂ ਜਾ ਕੇ ਐਲੀਜੀਬਿਲਟੀ ਨਹੀਂ ਬਣਦੀ ਜਾਂ ਉਹ ਉਸ ਪਾਇਦਾਨ 'ਤੇ ਪੂਰਾ ਨਹੀਂ ਉਤਰਦਾ। ਉਹੋ ਜਿਹੇ ਵਾਅਦੇ ਨੂੰ ਕਈ ਵਾਰ ਲੋਕ ਮਹਿਸੂਸ ਕਰਦੇ ਜੀ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਅਤੇ ਐਸੀ ਕਈ ਵਾਰ ਜ਼ਰੂਰ ਤੁਹਾਡੀ ਸੰਭਾਵਨਾ ਹੋ ਜਾਂਦੀ। ਵਾਅਦਾ ਰਿਹਾ ਜੀ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ, ਉਹਦੀ ਗੱਲ ਹੁਣ ਘੱਟ ਹੁੰਦੀ ਹੈ। ਨਹੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਰਾਜ ਇੱਕ ਜਿਹੜਾ ਮੈਂ ਸਮਝਦਾ ਵੀ ਇੱਕ ਥਿੰਕਿੰਗ ਹੈ। ਅੱਛਾ। ਤੁਸੀਂ ਅਪਰੋਚ ਹੈ ਠੀਕ ਹੈ ਵੀ ਲੋਕਾਂ ਨੂੰ ਇੱਕ ਚੰਗਾ ਰਾਜ ਦੇਣਾ, ਉਹਦੇ ਵਿੱਚ ਕੋਈ ਮਾਪਦੰਡ ਨਹੀਂ ਹੈਗੇ ਠੀਕ ਹੈ, ਪਰ ਉਹਦੇ ਵਾਸਤੇ ਇੱਕ ਮੈਂ ਸਮਝਦਾ ਚੰਗੀ ਅਤੇ ਸਾਰੂ ਸੋਚ ਨਾਲ ਚੱਲ ਕੇ ਰਾਜ ਦੇਣਾ, ਅਤੇ ਹਰ ਜਿਹੜਾ ਲੋੜਵੰਦ ਵਿਅਕਤੀ ਦੀ ਸੁਣਵਾਈ ਹੋਣਾ, ਇਹੀ ਜਿਹੜਾ ਮੁੱਖ ਤੌਰ 'ਤੇ ਇਹੀ ਜਿਹੜਾ ਹੈਗੀ ਗੱਲ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣਾ। ਉਹਦੇ ਉੱਤੇ ਚੱਲਣ ਦੀ ਜਿਹੜੀ ਹੈ ਮੌਜੂਦਾ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਪਿਛਲੇ ਸਮੇਂ 'ਚ ਵੀ ਹੋਈ ਹੈ, ਪਰ ਮੈਂ ਸਮਝਦਾ ਵੀ ਇੱਕੋਦਮ ਸਾਰੇ ਜਿਹੜੀਆਂ ਚੀਜ਼ਾਂ ਦਾ ਹੱਲ ਨਹੀਂ ਨਿਕਲ ਸਕਦਾ, ਪਰ ਸਮਾਂ ਜ਼ਰੂਰ ਲੱਗਦਾ। ਪਰ ਜਿਹੜਾ ਮੈਂ ਸਮਝਦਾ ਜੇ ਉਹਦੇ ਸੰਬੰਧੀ ਕੋਸ਼ਿਸ਼ ਕੀਤੀ ਜਾਵੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਰਗਾ ਰਾਜ ਦੇਣ ਦੀ ਕੋਸ਼ਿਸ਼ ਕਰਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅਤੇ ਇਹੀ ਜਿਹੜੀ ਇੱਕ ਅਸੀਂ ਆਪਦੀ ਵੱਡੀ ਪ੍ਰਾਪਤੀ ਸਮਝਦੇ। ਇਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਫਰਜ਼ੰਦ ਸਿਪਾਹੀ ਹੋ, ਪੰਜਾਬ ਦੇ ਕੈਬਨਿਟ ਮੰਤਰੀ ਹੋ, ਤੁਹਾਡੀ ਪਾਰਟੀ ਨੇ ਚੰਡੀਗੜ੍ਹ ਪੰਜਾਬ ਦਾ ਅੱਜ ਇਹ ਗੱਲ ਘੱਟ ਸੁਣਨ ਨੂੰ ਮਿਲਦੀ ਹੈ। ਨਹੀਂ ਦੇਖੋ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਕਦੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਤੋਂ ਭੱਜਿਆ ਨਹੀਂ। ਅੱਛਾ। ਪਰ ਮੈਂ ਗੱਲ ਸਮਝਦਾ ਵੀ ਕਈ ਜਿਹੜੇ ਐਸੇ ਮੁੱਦੇ ਨੇ ਜਿਹੜੇ ਬਹੁਤ ਜ਼ਿਆਦਾ ਮੈਂ ਸਮਝਦਾ ਵੀ ਉਹਨਾਂ ਦੀ ਇੰਪੋਰਟੈਂਸ ਅੱਜ ਦੇ ਸਮੇਂ ਦੇ ਵਿੱਚ ਸਮੇਂ ਦੇ ਮੁਤਾਬਕ ਬਹੁਤ ਜ਼ਿਆਦਾ ਹੈ। ਅੱਛਾ। ਜਿਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਪਹਿਲਾਂ ਜ਼ਿਆਦਾ ਕੰਮ ਕਰਦੇ, ਮਤਲਬ ਅੱਜ ਜਿਹੜਾ ਹੈ ਇਕਨੋਮਿਕ ਜਿਹੜੀ ਹੈ ਪੰਜਾਬ ਨੂੰ ਰਿਸਰਜੈਂਸ ਦੀ ਲੋੜ ਹੈ, ਅਤੇ ਅੱਜ ਪੰਜਾਬ ਦੇ ਵਿੱਚ ਜੋ ਨੌਜਵਾਨ ਨੇ ਉਹਨੂੰ ਇੰਪਲੋਇਮੈਂਟ ਦੀ ਲੋੜ ਹੈ। ਅੱਜ ਜ਼ਿਆਦਾ ਫੋਕਸ ਇਹ ਹੈ ਵੀ ਜਦ ਪੰਜਾਬ ਦੇ ਵੱਖ ਵੱਖ ਸਮੇਂ 'ਤੇ ਅੱਜ ਵੀ ਪੰਜਾਬ ਇਸ ਗੱਲ ਤੋਂ ਨਹੀਂ ਬਚਿਆ, ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਚੰਡੀਗੜ੍ਹ ਦਾ ਜਿਹੜਾ ਹੈ ਇੱਕ ਪੰਜਾਬ ਦਾ ਹਿੱਸਾ ਹੈ, ਅਤੇ ਪਰ ਅੱਜ ਦਾ ਜੋ ਮਾਹੌਲ ਹੈ ਕੇਂਦਰੀ ਸਿਆਸਤ ਦਾ ਜਾਂ ਹੋਰ ਦਾ, ਅਸੀਂ ਸਮਝਦੇ ਹਾਂ ਵੀ ਇਹ ਅੱਜ ਉਹ ਸਟੇਜ ਨਹੀਂ ਹੈਗੀ ਅਸੀਂ ਸਾਡੀ ਉਹ ਮੰਗ ਮੰਨੀ ਜਾ ਸਕੇ। ਅੱਛਾ। ਜਾਂ
ਉਹਦੀ ਜਿਹੜੀ ਹੈ ਇਸ ਸਮੇਂ ਪੂਰਤੀ ਹੋ ਸਕੇ ਅਤੇ ਅਸੀਂ ਇਹਨੂੰ ਜਿਹੜਾ ਹੈ ਸਮੇਂ ਸਿਰ ਆ ਕੇ ਇਹਨੂੰ ਜ਼ਰੂਰ ਬਣਵਾਵਾਂਗੇ, ਪਰਮਾਤਮਾ ਕਿਰਪਾ ਕਰੇ। ਠੀਕ ਹੈ। ਅਤੇ ਅਸੀਂ ਪਾਣੀਆਂ ਦੇ ਸੰਬੰਧੀ ਵੀ ਲੜਾਈ ਲਗਾਤਾਰ ਜਾਰੀ ਹੈ, ਭਾਵੇਂ ਕੋਰਟਸ ਦੇ ਵਿੱਚ ਹੈ, ਅਤੇ ਮੈਂ ਇੱਕ ਗੱਲ ਕਹਿ ਸਕਦਾ ਵੀ ਜੇ ਪੰਜਾਬ ਦਾ ਪਾਣੀ ਦਾ ਇੱਕ ਤੁਪਕਾ ਵੀ ਦੂਸਰੇ ਸੂਬੇ ਜਾਏਗਾ ਤਾਂ ਸ਼੍ਰੋਮਣੀ ਅਕਾਲੀ ਦਲ ਉਹਦੇ ਪਿੱਛੇ ਵੀ ਜਿਹੜੀ ਹੈ ਜੱਦੋ ਜਹਿਦ ਹਮੇਸ਼ਾ ਜਾਰੀ ਰਹੇਗੀ, ਇੱਕ ਵੀ ਤੁਪਕਾ ਬਾਹਰ ਨਹੀਂ ਜਾਣ ਦਿੱਤਾ ਜਾਏਗਾ, ਇਹ ਸਾਡਾ ਪਾਰਟੀ ਦਾ ਸੰਕਲਪ ਹੈ। ਸੋ ਇਹ ਤਾਂ ਅਸੀਂ ਵਿਸ਼ੇਸ਼ ਮੁਲਾਕਾਤ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਜੋ ਕਿ ਲੋਕ ਨਿਰਮਾਣ ਮੰਤਰੀ ਪੰਜਾਬ ਨੇ। ਸੋ ਇਸ ਮੁਲਾਕਾਤ ਦਾ ਸਮਾਂ ਹੁਣ ਇੱਥੇ ਸਮਾਪਤ ਕਰਦੇ ਹਾਂ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।